ਮਾਮਲਾ ਦੁਰੇ ਕਿਆ ਦੇ ਜੀਂਦੀਏ ਨ ਇਹ ਜੀਂਦੀਆਂ ਨੇ ਯਾ ਜਨਾਜ਼ੇ ਚਾਹੀਏ ਨੇ ਸੈਯਦਾ ਗਹੀ ਨੇ ਜੀਂਦੀਆਂ ਗਿੱਦੀਵੇਂ ਵੇਂ ਜੀਵੇਂ ਜਨਾਜ਼ੇ ਨੀ ਵੀਰ ਤੁਰ ਸਕਦੀਆਂ ਨੇ ਇਹ ਤੁਰ ਸਕਦੀਆਂ ਇਮਾਮ ਆਖੇ ਤੁਰ ਤਾਂ ਸਕਦੀਆਂ ਨੇ ਜਾਬਰ ਆਖੇ ਤੁਰਦੀਆਂ ਤਾਂ ਉਠ ਬਲਾ ਇਤੋਂ ਪੈਦਲ ਗੁਜ਼ਰਵਾਂ ਨਹੀਂ ਟੁਰਦੀਆਂ ਤਾਂ ਵੱਲਾ ਮਾਰ ਕੇ ਲੰਘਵਾਂ ਇਹ ਹੁਣ ਜੰਗਲ ਨਹੀਂ ਤਾਂ ਅਕਬਰ ਦਾ ਖੂਨ ਮਿਲੀ ਹੈ ਆਬਾਦ ਹੋ ਯਾਰ ਮੈਂ ਰਾਜ਼ੀ ਹਾਂ ਹੁਸੈਨ ਦੀ ਅੰਮਾ ਤੁਹਾਡੇ ਤੇ ਰਾਜ਼ੀ ਹੋਵੇ ਟੁਰਦੀਆਂ ਤਾਂ ਉਠ ਬਲਾ ਇਤੋਂ ਪੈਦਲ ਨਹੀਂ ਟੁਰਦੀਆਂ ਤਾਂ ਵੱਲਾ ਮਾਰ ਮੇਰੇ ਮਾਮਾ ਅੱਗੇ ਟੁਰਦੀਆਂ ਤਾਂ ਅੱਗੇ ਨੈਣ ਟੁਰ ਸਕਦੀ ਆ ਸੈਯਦਾ ਕਹਿ ਕੇ ਇਹਨਾਂ ਕੋ ਮੁਸਲੇ ਦੇ ਦਾਇਆ ਨੇ ਦੀਆਂ ਹੁਣ ਤੇ ਬਾਜ਼ਾਰ ਹੀ ਟੁਰਦੀਏ ਹੁਣ ਤੇ ਨਾ ਉਹਨੋਂ ਮੀਲ ਟੁਰਦੀਏ ਨ ਜਾ ਬੇਰਾ ਕਹਿ ਟੁਰਦੀਏ ਨ ਤਾਂ ਉਠ ਬਲਾ ਇਤੋਂ ਪੈਦਲ ਗੁਜ਼ਰਵਾਂ ਮੇਰੇ ਮਾਮਾ ਕੇ ਟੁਰ ਤਾਂ ਸਕਦੀ ਏ ਨ ਪਰ ਇੱਥਾ ਨਹੀਂ ਟੁਰਦੀਆਂ ਹਿੰਦ ਇੱਥਾ ਨਹੀਂ ਜਿੱਥਾ ਆਇਆ ਖੜਾ ਵੱਲਾ ਮਾਰ ਔਖੇ ਲਫ਼ਜ਼ਾਂ ਤੇ ਆ ਗਈਆਂ ਬਜ਼ੁਰਗ ਕਿਵੇਂ ਪੜਦੇ ਹਨ ਮੇਰੇ ਇਮਾਮ ਗੁਦੇਰ ਲੱਗੀ ਜਾਬਿਰ ਨਾਲ ਗੱਲ ਹੀ ਕਰੇ ਮੋਰੀ ਮਾਮਾ ਲਿਚ ਅਲੀ ਦੀ ਧੀ ਦੀ ਕੂਕਾਈਏ ਸਜਾਦ ਕਿੱਥਾ ਆਇਆ ਖੜੇ ਇੱਥਾ ਹੀ ਮੈਂ ਕੋ ਹਵਾ ਠੱਡੀ ਪਈ ਲੱਗਦੀ ਹੈ ਸੈਯਦਾ ਦੇ ਅੰਮਾ ਅਕਬਰ ਬਿਰਾ ਦੇ ਸ਼ਹਿਰ ਦੇ ਬਾਹਰੋਂ ਆਇਆ ਬੀਬੀਆ ਦੀਆ ਬਿਰਾ ਦੇ ਸ਼ਹਿਰ ਰੁਕ ਕਿਉਂ ਗਈ ਹੈ ਸੈਯਦਾ ਦੇ ਰੁਕ ਨਾ ਗਿਆ ਮੈਂ ਰੁਕ ਆ ਗਿਆ ਰੁਕ ਨਾ ਗਿਆ ਮੈਂ ਰੁਕ ਆ ਗਿਆ ਕਹਿ ਰੁਕ ਗਈ ਕਹਿ ਰੁਕ ਗਈ ਇਮਾਮ ਆਖੇ ਮਾਈ ਨਗਰੀ ਦੇ ਕਈ ਸਰਦਾਰ ਹਨ ਈ ਨਗਰੀ ਦੇ ਕਈ ਸਰਦਾਰ ਹਨ ਉਹਨਾਂ ਦੇ ਆਰਡਰ ਪੈ ਚੱਲਦੇ ਹਨ ਬੀਬੀ ਆਦੀ ਮੈਂ ਕੁਰਸਾ ਕੇ ਆ ਦੇਣ ਬੀਬੀ ਆਦੀ ਮੈਂ ਕੁਰਸਾ ਕੇ ਆ ਦੇਣ ਮੈਂ ਆ ਦੇਣ ਪੈਦਲ ਮਾਮਲ ਦੇ ਮੱਥਾ ਮਾਰ ਕੇ ਬੀਬੀ ਅੱਗੇ ਸਜਾਦ ਮੇਰੀ ਆਪਣੀ ਕਿਸਮਤ ਮੇਰੀ ਆਪਣੀ ਕਿਸਮਤ ਬੀਬੀ ਆਦੀ ਅਕਬਰ ਦੇ ਕਾਤਲ ਨਾਲ ਹੀ ਮੈਂ ਟੁਰਾਂ ਅਕਬਰ ਦੇ ਸ਼ਹਿਰ ਹੀ ਮੈਂ ਟੁਰਾਂ ਇੱਥੇ ਹੀ ਮੈਂ ਟੁਰਾਂ ਉੱਥੇ ਹੀ ਮੈਂ ਟੁਰਾਂ ਇੱਥੇ ਹੀ ਮੈਂ ਟੁਰਾਂ ਉੱਥੇ ਹੀ ਕਹਿੰਦਾ ਡਰੇ ਪੁੱਛ ਹੁਣ ਜਿਹੜੇ ਨੌਜਵਾਨ ਨੇ ਮੇਰੇ ਮਾਮਾ ਕੇ ਜਾਬਿਰ ਮੇਰੀਆਂ ਥੱਕੀਆਂ ਹੋਈਆਂ ਰੁਆਇਆਂ ਨੀ ਆਸਰੇ ਨਾਲ ਗਿੱਧੀ ਹੋਏ ਮੈਂ ਇਹ ਪੁੱਛਦੀਆਂ ਨੇ ਕਹਿੰਦਾ ਡਰੇ ਜਾਬਿਰ ਬਿਸਮਿਲ੍ਲਾ ਕੋ ਪੜ ਗਿਆ ਦੇ ਨਗਰੀ ਦਾ ਸਰਦਾਰ ਹੁਸੈਨ ਇਬਨੇ ਅਲੀ ਬੀਬੀ ਮਾਮਾ ਲਈ ਜੁਆ ਖੈ ਅਲਹਮਦੁਲਿਲਾ ਮੈਂ ਤਾਂ ਕਫਨ ਹੀ ਨਹੀਂ ਪਵਾਇਆ ਜਾਬਿਰਾ ਦੇ ਜਾਗੀਰ ਅਲੀ ਅਕਬਰ ਦੇ ਨਾਂ ਜਾਗੀਰ ਅਲੀ ਅਕਬਰ ਦੇ ਨਾਂ ਬੀਬੀ ਆਦੀ ਅਲਹਮਦੁਲਿਲਾ ਜਾਬਿਰਾ ਖੈ ਜੈਂਦੇ ਆਡਰ ਪੇ ਚੱਲਦੇ ਨੂੰ ਉਹਦਾ ਨਾਮ ਅਬਾਸ ਹੈ ਪਹਾੜ ਵਾਲਿਓ ਗਾਜ਼ੀ ਦਾ ਨਾਮ ਹੈ ਪਹਿਲੇ ਹਿੱਕਾ ਫੇਣ ਬੁਲੇਦੀਆਂ ਦੀ ਅਯੂਤ ਤ੍ਰਈਏ ਰੁਨੀ ਉੱਚਾ ਵੇਣ ਗਰ ਗਿਆ ਜਰੀ ਗੁਹਾਗ ਵਤ ਦਸਾਵੇ ਕਹਿ ਆ ਗਏ ਜੋ ਮੈਂ ਟੁਰਦੀ ਆਬਾਦ ਰਾਵੇ ਆਬਾਦ ਰਾਵੇ ਬੀਬੀਆ ਦੇ ਗੁਹਾਗ ਵਤ ਦਸਾਵੇ ਕਹਿ ਆਖੇ ਜੋ ਟੁਰਦੀ ਆਵੇ ਜਾਬਿਰ ਕੇ ਮੁਰਸ਼ਦ ਅਬਾਸ ਦਾ ਡਰੇ
بی آدی کو آگ وط نسے میرے مرشد باز دار بی آدی وط نسے غازی دار بی آدی وط نسے میرے سردار باز دار بی آدی وط نسے نو دفع پوچھے سا نو دفع جا بیر دسائے جیڑا بندہ ہون دینے لنا نو دفع ماما لی جو وین گھر کے بی بی آجائی کواک جو غازی آدھے تا نا لاندھی جلے بی بی آگے نا لاندھی جا بیر آدھے اے جو نہیں لاندھی اے کوئی علی دی دیئے اے جو نہیں لاندھی اے کوئی غازی دی سینے کوئی اہلی اکبر دیوائے توارے بچڑے جیون اے جو نہیں لاندھی اے کوئی غازی دی سینے اتھا ہی ایک جملہ بی بی آکھے میں نا لاندھی جتنا رشتہ قریبی اتنا دکھ زیادہ بی بی آکھے میں نا لاندھی غازی آدھے دنا لاندھی بزرگا دین تریجے ماما لی چونو بچیاں رونیے نا دو چھوٹیاں بچیاں کون ہیں نا باس دیاں بھڑینیاں لہور علی دیاں دیاں اچھا لین گر گیا دین مہاری براو نلائے سردار دی بین آدین زیادہ اٹھ بلا سادہ نو کر دیا دیئے آدین مدد بعد مامے دن آبیا سن دیا ہے ازا مامے دی کبر دے ٹر دیا لگیا ویزا آباد رامے آباد رامے توارے بچڑے جیویں تو سب وسط رہو میرے ماما کے بھینی سبر تھاک دنی بے پہ پڑھا نا میرے امام جابر دو رٹھے جی میں اپنے سردار دا پیغام میں روکی میں یہ میں میری طرف لگا وان اپنے سردار کو آگ تیرے شاہ میں چکے مہمان آئے تھکے ہوئے باؤنڈ آٹھے میں او کو آگ نراز نویں تو آکھے دم معاملہ دے لگیا میں جابر ٹور جلے ہی قدم گانچیں دے کئی دم پچھا دے دے واتا سمان دو ریکیا دے سمجھ نہیں آنی اللہ میں بھول دا ہوں آشالہ اے او نہ ہوئے آبادوں میں یار ٹردہ اے جابر ٹردہ نہیں دوڑدہ اے جابر جلے عباس دی مزار تھے اونویلے غازی دی مزار حل دی پی آئی کبر دمت ہمار گیا دے سمجھ نہیں آنیو محمالی جرون دیئے سلار رات رون دے تو کبری جرون دے کبری جوین اے جابر ظلم کی دئی جیڑا روک ہے مولا میں گکے خبر ہے کون ہے غازی دی آواز ہے یہ جابر کے ٹر دائیں ہن دوڑ گے وہاں تیرے ونجڑ تو پہلے لہن آوے آبادوں میں مولا لہے جو ناوے ہے کون عباس دوین جابر ونجو قواق بیرا پی آدھائی کیوں کھڑ گئی دور بھیرا وادو تیل لانگ آدھا کاربال ویچی آئے او جاگیر ہے تیرے اکبر دین پردادار لہائے غازی آدھے اکوان جائے گوں اے گھینیا پورا تو محمل ویچ پی آدھائی سین بھرائے اوہے ہی کوئی اٹھ نہیں ان جتنے محمل میری قبر دے آڑ ملائے انہوں جابر دوڑے انہوں میری سین حکم لیتے سجاد اٹھ والا
ਅਮਾ ਹੁਣੇ ਆ ਕੇ ਨਾ ਲਾਂਦੇ ਹੁਣ ਬੀਬੀ ਠੱਡਾ ਸਾਹਿਬ ਵਰ ਕੇ ਆਦੀ ਉਹ ਜਾਣੇ ਉਹ ਜਾਣੇ ਅਬਾਸ ਜਵਾਦ ਹੈ ਟੁਰਦੇ ਆਵੇ ਲਹਿ ਪਈਆਂ ਬੱਚੀਆਂ ਬਾਰਾਂ ਮੇਰੇ ਮਾਮਾ ਦੇ ਜਾਬਿਰ ਤੂੰ ਮੇਰੇ ਮਹਾਰੀ ਨਾਲ ਹੀ ਕਰਬਲਾ ਦੀ ਹੱਦ ਦੇ ਬੰਨੇ ਤੇ ਰਹਿ ਵਨ ਮੈਂ ਇੱਥੇ ਡਾਹ ਦੀ ਟਿਕਣਾ ਹੈ ਥੱਕ ਪਿਓ ਮੈਂ ਡਾਹ ਦੀ ਟਿਕਣਾ ਮੇਰਾ ਇਮਾਮ ਰੁਕ ਹੈ ਸੈਣਾ ਦੇ ਕਿਉਂ ਰੁਕ ਗਏ ਟੁਰ ਅਮਾ ਕਿਵੇਂ ਟੁਰਾਂ ਬੀਬੀਆਂ ਦੀ ਤਰਤੀਬ ਬਣਾ ਅਮਾ ਕਿਵੇਂ ਤਰਤੀਬ ਬੀਬੀਆਂ ਦੀ ਜਿਵੇਂ ਸ਼ਾਮ ਬਣਾਈ ਆਵੀ ਅਮਾ ਆਪ ਰਸੋ ਕਿਵੇਂ ਬੀਬੀਆਂ ਦੀ ਤੂੰ ਬਾਕਰ ਦਾ ਆਸਰਾ ਚਾ ਖੇਲ ਮੈਂ ਅਮਾ ਦੀ ਕੰਡ ਦੇ ਮੱਥਾ ਪੇ ਰੱਖਦੀ ਹਾਂ ਟੁਰਦੀ ਆਈ ਤੁਰਦੀ ਆਈ ਇਮਾਮ ਕਦਮ ਰੋਕਣ ਸਹੀ ਕੱਢ ਕੇ ਦੀਵੇ ਨਾ ਕਿੱਥਾਂ ਕਦਮ ਰੋਕਣ ਜਿਹੜੇ ਦਵਾਰ ਇਨ ਗਵਾਈ ਦੇ ਸਨੀ ਪਾਸੇ ਹੁਸੈਨ ਸ਼ਬੀਰ ਦੀ ਮਜ਼ਾਰ ਈ ਪਾਸੇ ਅਬਾਸ ਦੀ ਮਜ਼ਾਰ ਇੱਥਾਂ ਹੀ ਦਰਮਿਆਨ ਇੱਕ ਰਾਤ ਰੋਣ ਵਾਲਾ ਰੁਕ ਗਿਆ ਬੀਬੀਆਂ ਦੇ ਕਿਉਂ ਰੁਕ ਗਏ ਮਾਂ ਪਹਿਲੇ ਰਜ਼ਾ ਬਾਬੇ ਦੋ ਵੰਜਣਾ ਹੈ ਜਾਂ ਚਾਚੇ ਦੋ ਵੰਜਣਾ ਬੀਬੀਆਂ ਦੇ ਪਹਿਲੇ ਉਹੀ ਦੋ ਲਗਾ ਜੋ ਜੈ ਮੇਰਾ ਗੇ ਟੁਰਦੀ ਆਵੇ ਉਗਵਾਗ ਮੈਂ ਰੋੜੇਗ ਹੁਣ ਮੈਂ ਟੁਰ ਸਕਦੀ ਹਾਂ ਆਬਾਦ ਆਵੇ ਯਾਰ ਆਬਾਦ ਆਵੇ ਤੇਰੇ ਬਚੜੇ ਜੀਵਨ ਮੇਰਾ ਇਮਾਮ ਚਾਚੇ ਦੀ ਮਜ਼ਾਰ ਦੋ ਟੁਰ ਜੁਲੇ ਆਖਰੀ ਵੇਣ ਜਿਹੜਾ ਬੰਦਾ ਜਣ ਨਹੀਂ ਰੁਨ ਕਈ ਕਦਮ ਗਾਜ਼ੀ ਦੀ ਮਜ਼ਾਰ ਦੂਰ ਆਈ ਅਲੀ ਦੀ ਰੁਕ ਗਈ ਇਮਾਮ ਦੇ ਅੰਮਾ ਰੁਕ ਕਿਉਂ ਗਏ ਹੋ ਬੀਬੀਆਂ ਦੇ ਰੁਕ ਹੀ ਵਾਸਤੇ ਗਈਆਂ ਹੁਣ ਤੂੰ ਚਾਚੇ ਤੋਂ ਲਗਾਵਾਂ ਚਾਚੇ ਕੋ ਅੰਜਾਗ ਵੇੜ ਪਈਆ ਦੀ ਤੈ ਜੋ ਆਖੇ ਟੁਰਦੀ ਆਵੇ ਉਹ ਕੁਆਗ ਜ਼ਰਾ ਕਬਰ ਜੁਬੈਰਾ ਮੇਰੋ ਰੇਗ ਹੁਣ ਮੈਨੂੰ ਨਾ ਮੀਲ ਟੁਰਦੀ ਜੈ ਗੁ ਮੁਸੱਲਾ ਦੇ ਦਾਇਆ ਨੇ ਨੀਏ ਹੁਣ ਤਾਂ ਮੈਨੂੰ ਨਾ ਮੀਲ ਟੁਰ ਸਕਦੀ ਹੈ